ਜਨਾਬ ਜਿੱਥੇ ਢਿੱਲੋਂ ਸਾਹਿਬ ਦੇ ਇੰਨੇ ਲੋਕ ਆਉਂਦੇ ਹੈ ਉਸ ਅੱਡੇ ਦੀ ਤੁਹਾਡੀ ਇੰਨੀ ਮਾੜੀ ਹਾਲਾਤ ਹੈ ਇੰਨਾ ਮੁਸ਼ਕ ਮਾਰਦਾ ਕੌਣ ਪਾਏਗਾ ਵੋਟ ਆਪਾਂ ਨੂੰ ਟੈਂਡਰ ਤਾਂ ਅਸੀਂ ਦੇਣੇ ਹਾਂ ਤੁਹਾਨੂੰ ਪੈਸੇ ਤੁਸੀਂ ਜਿਹੜਾ ਟੈਂਡਰ ਲਾਇਆ ਸੀ 1.5 ਕਰੋੜ ਰੁਪਈਆ ਦੇ ਰਹੇ ਬੱਸ ਸਟੈਂਡ ਦੇ ਹਾਲਾਤ ਆ ਕੇ ਜ਼ਰਾ ਦੇਖੋ ਚੇਅਰਮੈਨ ਸਾਹਿਬ ਤਾਂ ਹੀ ਤਾਂ ਆਪਣੇ ਹਾਲਾਤ ਗੰਡਮ ਹੋ ਰਹੇ ਹੈ ਜਿੱਥੇ ਪਬਲਿਕ ਆਉਂਦੀ ਹੈ ਉੱਥੇ ਕੋਈ ਸਫਾਈ ਨਹੀਂ ਚੇਅਰਮੈਨ ਸਾਹਿਬ ਤੁਸੀਂ ਘਰੇ ਬੈਠੇ ਹੋ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਨੀਵਾਰ ਸਵੇਰੇ ਜਾਣੇ ਕਿ ਅੱਜ ਬਰਨਾਲਾ ਬੱਸ ਅੱਡੇ ਪਹੁੰਚੇ ਇੱਥੇ ਰਾਜਾ ਵੜਿੰਗ ਵੱਲੋਂ ਕਾਫੀ ਦੇਰ ਤੱਕ ਸਵਾਰੀਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਬੱਸ ਅੱਡੇ 'ਚ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਮੌਕੇ 'ਤੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ ਟਰਾਂਸਪੋਰਟ ਮੰਤਰੀ ਨੇ ਇਸ ਮੌਕੇ ਬਜ਼ੁਰਗ ਬੀਬੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਦੱਸਦੀਏ ਕਿ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਪੂਰੀ ਤਰ੍ਹਾਂ ਐਕਸ਼ਨ 'ਚ ਦਿਖਾਈ ਦਿੱਤੇ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਸਫਾਈ ਪ੍ਰਬੰਧਾਂ ਅਤੇ ਮੁਸਾਫਰਾਂ ਨੂੰ ਆਉਣ ਵਾਲੀ ਪਰੇਸ਼ਾਨੀ ਨੂੰ ਮੁੱਖ ਰੱਖਦਿਆਂ ਪਟਿਆਲਾ ਅਤੇ ਅੰਮ੍ਰਿਤਸਰ ਦੇ ਬੱਸ ਸਟੈਂਡ ਅੱਡਿਆਂ ਦਾ ਵੀ ਦੌਰਾ ਕੀਤਾ ਗਿਆ ਵਿਕਣ ਤੋਂ ਲੈ ਕੇ ਨੰਬਰ ਕੀ ਆਰ ਕਰੋ ਨਵਾਂ ਪਰ ਖੁੱਲ੍ਹਿਆ ਹੀ ਨਹੀਂ ਅਸੀਂ ਆਪਦਾ ਅੱਡਾ ਆਪਦੇ ਕੋਲ ਕਿਉਂ ਨਹੀਂ ਕਰਦੇ ਕੁਝ ਨਾ ਕੁਝ ਅਸੀਂ ਹੈਂਡਓਵਰ ਕਰੀਏ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਕੋਈ ਗੱਲ ਨਹੀਂ ਦੱਸਣਾ ਕੀ ਹੈ ਢਿੱਲੋਂ ਸਾਹਿਬ ਨੇ ਬਣਾਇਆ ਹੋਣਾ ਚੇਅਰਮੈਨ ਬਾਰੇ ਉਹ ਜਨਾਬ ਜਿੱਥੇ ਢਿੱਲੋਂ ਸਾਹਿਬ ਦੇ ਇੰਨੇ ਲੋਕ ਆਉਂਦੇ ਹੈ ਉਸ ਅੱਡੇ ਦੀ ਤੁਹਾਡੀ ਇੰਨੀ ਮਾੜੀ ਹਾਲਾਤ ਹੈ ਇੰਨਾ ਮੁਸ਼ਕ ਮਾਰਦਾ ਕੌਣ ਪਾਏਗਾ ਵੋਟ ਆਪਾਂ ਨੂੰ ਨਹੀਂ ਟੈਂਡਰ ਤਾਂ ਅਸੀਂ ਦੇਣੇ ਹਾਂ ਤੁਹਾਨੂੰ ਪੈਸੇ ਤੁਸੀਂ ਕਿਹੜਾ ਟੈਂਡਰ ਲਾਇਆ ਸੀ 1.5 ਕਰੋੜ ਰੁਪਈਆ ਦੇ ਰਹੇ ਟਰੱਸਟ ਤੋਂ ਧੰਨਵਾਦ 1.5 ਕਰੋੜ ਰੁਪਇਆ ਅਸੀਂ ਦੇ ਰਹੇ ਹਾਂ ਲੋਕਾਂ ਨੂੰ ਬਟ ਇਹਦੇ ਹਾਲਾਤ ਤਾਂ ਦੇਖੋ ਕੀ ਹੈ ਬੱਸ ਸਟੈਂਡ ਦੇ ਹਾਲਾਤ ਆ ਕੇ ਜ਼ਰਾ ਦੇਖੋ ਚੇਅਰਮੈਨ ਸਾਹਿਬ ਤਾਂ ਹੀ ਤਾਂ ਆਪਣੇ ਹਾਲਾਤ ਗੰਡਮ ਹੋ ਰਹੇ ਹੈ ਜਿੱਥੇ ਪਬਲਿਕ ਆਉਂਦੀ ਹੈ ਉੱਥੇ ਕੋਈ ਸਫਾਈ ਨਹੀਂ ਚੇਅਰਮੈਨ ਸਾਹਿਬ ਤੁਸੀਂ ਘਰੇ ਬੈਠੇ ਹੋ ਆ ਜਾਓ ਚਲੋ ਦ
ਦੱਸਣਯੋਗ ਹੈ ਕਿ ਬੀਤੇ ਦਿਨੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਵਿਭਾਗ ਦਾ 21 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਵਿਭਾਗ ਦੀ ਕਾਰਗੁਜ਼ਾਰੀ ਬਾਰੇ ਜਾਣੂ ਕਰਵਾਇਆ ਗਿਆ। ਵਿਭਾਗ ਦਾ 29 ਸਤੰਬਰ ਤੋਂ 19 ਅਕਤੂਬਰ ਤੱਕ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਸੀ ਕਿ 21 ਦਿਨਾਂ ਦੇ ਅੰਦਰ ਟੈਕਸਾਂ ਦਾ ਭੁਗਤਾਨ ਨਾ ਕਰਨ ਕਰਕੇ ਗੈਰ ਕਾਨੂੰਨੀ ਪਰਮਿਟ ਅਤੇ ਅਧੂਰੇ ਦਸਤਾਵੇਜ਼ਾਂ ਆਦਿ ਕਾਰਨ ਕਰੀਬ 258 ਬੱਸਾਂ ਜ਼ਬਤ ਕੀਤੀਆਂ ਗਈਆਂ ਹਨ ਅਤੇ ਚਲਾਨ ਕੀਤਾ ਗਿਆ। ਰਾਜਾ ਵੜਿੰਗ ਨੇ ਕਿਹਾ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਟਰਾਂਸਪੋਰਟ ਵਿਭਾਗ ਨੇ ਆਪਣੀਆਂ ਆਮਦਨੀ ਵਿੱਚ 17.24% ਵਾਧੇ ਨਾਲ ਮੁੜ ਰਫ਼ਤਾਰ ਫੜੀ ਹੈ। ਇਹ ਵਾਧਾ 15 ਅਕਤੂਬਰ ਤੱਕ 7.98 ਕਰੋੜ ਰੁਪਏ ਬਣਦਾ ਹੈ। Please subscribe our channel and press the bell icon ताकि कोई भी नवी अपडेट तुसे बिल्कुल भी मिस ना करो।